ਵੱਡੀ ਖਬਰ ਆ ਰਹੀ ਹੈ ਰਾਏਕੋਟ ਦੇ ਪਿੰਡ ਜੱਟਪੁਰਾ ਦੇ ਕਾਂਸੀ ਸਰਕਾਰ ਜੁਗਰਾਜ ਸਿੰਘ ਰਾਜਾ ਦੀ ਕੋਰੋਨਾ ਕਾਰਨ ਹੋਈ ਮੌਤ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਸੀ ਉਹਨਾਂ ਦਾ ਇਲਾਜ। ਸੂਚਨਾ ਮੁਤਾਬਕ ਪਿੰਡ ਜੱਟਪੁਰਾ ਦੇ ਨੌਜਵਾਨ ਜੁਗਰਾਜ ਸਿੰਘ ਰਾਜਾ ਦੀ ਕੋਰੋਨਾ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਹੀ ਰਿਹਾ ਸੀ ਕਿ ਬੀਤੀ ਰਾਤ ਉਹਨਾਂ ਦੀ ਮੌਤ ਹੋ ਗਈ। परिवार अते पिंड दे मेंबरां ने दस्या कि ओ पिछले कुछ दिनों तो काफी ज्यादा बीमार सन। खंघ दे कारण उन्हां नूं साह लैण विच काफी दिक्कत आ रही सी। उन्हां नूं लुधियाणा रैफर किया गया। कोरोना की रिपोर्ट पॉजिटिव मिलन कारण उन्हां दा इलाज शुरू ही किया गया सी कि उन्हां दी कल रात अचानक मौत हो गई। कांग्रेस के प्रधान जुगराज सिंह राजा का सुभाव बहुत मिलनसार सी, जिन्हां दी मौत कारण उन्हां दे पिंड जटपुर वालियां नूं बहुत ही अफसोस होया। सरकारी हिदायतों के मुताबिक उन्हां दा अंतिम संस्कार किया गया। रायकोट तो दविंदर जैन की रिपोर्ट। सर की नाम तुहाडा? मेरा नाम मुख्तार सिंह जी, तहसीलदार रायकोट। असीं अज श्री जुगराज सिंह राजा जिहड़ा कि कोविड-19 दे अधीन उन्हां दी मौत हुई है इंदिरा हस्पताल विच, उहदे संस्कार ते आए हां। ते हांजी संस्कार सरकार दी हिदायतां मुताबिक उहदा संस्कार किया जा रिहा। ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੋਗੇ, ਕੀ ਕਹੋਗੇ? ਇਸ ਮੌਕੇ ਪ੍ਰਕੌਸ਼ਨ ਰੱਖੋ ਬਸ, ਪਰੇ ਪਰਮਾ ਕੇ ਇਹਦਾ। ਤੇ ਕੀ ਨਾਮ ਤੁਹਾਡਾ? ਮੇਰਾ ਜਸਵੰਤ ਸਿੰਘ ਹੈ ਜੀ। ਜਸਵੰਤ ਸਿੰਘ, ਕੀ ਸਰਪੰਚ ਸਾਹਿਬ ਨੂੰ ਕੀ ਗੱਲ ਹੋ ਗਈ? ਸਰਪੰਚ ਸਾਹਿਬ ਜੀ ਥੋੜ੍ਹੇ ਦਿਨਾਂ ਤੋਂ ਬੁਖਾਰ ਜਿਹਾ ਹੋ ਗਿਆ ਸੀ ਉਹਨਾਂ ਨੂੰ, ਅਤੇ ਬੁਖਾਰ ਹੋਣ ਦੇ ਕਾਰਨ ਉਹਨਾਂ ਨੂੰ ਜਗਰਾਉਣ ਲੈ ਗਏ ਹਸਪੀਟਲ। ਉਹਨਾਂ ਨੇ ਗਾਂ ਅੱਗੇ ਉਹਨਾਂ ਨੂੰ ਹੀਰੋ ਭੇਜਿਆ ਹੀਰੋ ਵਾਰਡ ਦੇ ਵਿੱਚ, ਉੱਥੋਂ ਉਹਨਾਂ ਨੇ ਐਡਮਿਟ ਕੀਤਾ। ਉੱਥੋਂ ਉਹਨਾਂ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ। ਉੱਥੋਂ ਪਰਸੋਂ ਤਕਰੀਬਨ ਉਹਨਾਂ ਜਦੋਂ ਰਿਪੋਰਟ ਕੀਤੀ ਉਹਦੇ ਵਿੱਚ ਕੁਛ ਲੱਛਣ ਡਾਕਟਰਾਂ ਨੇ ਆਖਿਆ ਵੀ ਆਏ ਕੁਛ ਕਰੋਨਾ ਲੱਛਣ ਆਏ ਕੁਛ, ਅਤੇ ਉਹਨਾਂ ਨੂੰ ਉੱਥੋਂ ਰਜਿੰਦਰਾ ਹਸਪਤਾਲ ਰੈਫਰ ਕਰਤਾ ਪਟਿਆਲੇ ਜੋ ਰੈਫਰ ਕਰਤਾ, ਅਤੇ ਉੱਥੇ ਕੱਲ੍ਹ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ। ਕੀ ਕਹਿੰਦੇ ਡੈਡ ਬੋਡੀ ਦਾ ਪ੍ਰਸ਼ਾਸਨ ਨੇ ਕੋਈ ਦੱਸਿਆ ਹੋਊਗਾ? ਡੈਡ ਬੋਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀਗੀ। ਡੈਡ ਬੋਡੀ ਉਹ ਕਹਿ ਰਿਹਾ ਵੀ ਸ਼ਾਮ ਤੱਕ ਪਿੰਡ ਜੱਟਪੁਰ ਵੀ ਆ ਜਾਊਗੀ, ਇੱਥੇ ਸੰਸਕਾਰ ਕੀਤਾ ਜਾਊਗਾ। ਅਤੇ ਬਾਕੀ ਬੇਨਤੀ ਆ ਵੀ ਪੈਰੇ ਨੂੰ ਮੱਦੇ ਰੱਖਣਾ, ਕਰੋਨਾ ਕਰਕੇ ਲੋਕਾਂ ਦੀ ਆਵਾਜਾਈ ਤੇ ਰੋਕ ਲਾਈ ਕਿਸੇ ਨੂੰ ਆਉਣ ਦੇ ਮਨਾ ਕੀਤਾ ਹੋਇਆ ਵਾ। ਜੋ ਪ੍ਰਸ਼ਾਸਨ ਜਿਸ ਤਰ੍ਹਾਂ ਵੀ ਆਏਗਾ